मेरिया मामा मेरिया भैणा ते मेरे नौजवान दोस्तों, सब तो पहला फतेह दी सांझ पाओ। वाहेगुरु जी का खालसा, श्री वाहेगुरु जी की फतेह। मंच ते विराजमान किसानां दे नेता संयुक्त किसान मोर्चे नूं जो अगवाही दे रहे ने डॉक्टर दर्शनपाल जी ते सरदार गुरनाम सिंह जटूनी जी ते चलाकी साहब ते होर वख वख शख्सियतां, अज किसानी कोल जिस स्टेज ते पहुंच गया है, मैं बधाई दिना समुची लीडरशिप नूं, चाहे सरदार बलवीर सिंह राजेवालिया साहब होन, चाहे भाई जगेंद्र सिंह अग्राहा होन, चाहे चटूनू साहब होन, दर्शनपाल जी होन, टकैत साहब होन, सरदार जगजीत सिंह डल्लेवाल साहब होन, जा रुलदू सिंह मानसा होन, इन्हां लोकां दी बड़ी बड़ी कंट्रीब्यूशन है साढ़े इस कोल नूं इत्थे तक लिजाण दे लई। मैं दसना चाहुंना कि राजेवाल साहब ने अपनी जिंदगी दे 50 बरे किसान कोलां दे विच बतीत कीते ने। इसे तरह 30 बरिआं तों वध सरदार जगिंदर सिंह ग्राहां ने किसानी कोल दे विच लाए ने, ते अज पंजाब जिस तरह ये ठाठा मारदा कठ फतेहगढ़ साहब दे जिला ते सरहंद दी अनाज मंडी दे विच देखण नूं मिल रहा है, मेरा सिर झुकदा तुहाडे सारिआं दे अगे। ये घोल उन्नी देर तक कामयाब नहीं हो सकता जिन्नी देर तक हर घर दे विचों साडे बजुर्ग, साडियां मामा, साडियां भैणा ते साडे भरा ਆਪਦਾ ਹਿੱਸਾ ਨਹੀਂ ਪਾਉਂਦੇ। ਦੇਸ਼ ਦੀ ਹਕੂਮਤ ਤੇ ਰਾਜ ਕਰਨ ਵਾਲੀ ਬੀਜੇਪੀ ਸਰਕਾਰ ਅੱਜ ਪੂਰੀ ਤਰ੍ਹਾਂ ਡਰੀ ਹੋਈ ਹੈ। 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜਿੱਥੇ ਸਾਡੇ ਸਤਿਕਾਰਯੋਗ ਲੀਡਰ ਜਿਨ੍ਹਾਂ ਨੇ ਜਾ ਕੇ ਲੋਕਾਂ ਨੂੰ ਚੇਤਨ ਕੀਤਾ ਕਿ ਉਹ ਦੋਸਤੋ, ਉਹ ਲੋਕੋ, ਉਹ ਵੋਟਰੋ, ਅਸੀਂ ਤੁਹਾਡੇ ਲਈ ਲੜ ਰਹੇ ਹਾਂ, ਅਸੀਂ ਪੂਰੇ ਭਾਰਤ ਦੇ ਲਈ ਲੜ ਰਹੇ ਹਾਂ। ਇਹ ਲੜਾਈ ਦਾ ਮੁੱਢ ਜੋ ਪੰਜਾਬ ਦੀ ਧਰਤੀ ਤੋਂ ਬੱਝੀ ਹੈ ਤੇ ਅੱਜ ਉਸ ਦਾ ਬਿਗਲ ਇਹਨਾਂ ਨੇ ਬੰਗਾਲ ਦੇ ਵਿੱਚ ਜਾ ਕੇ ਵਜਾਇਆ ਹੈ। ਮੈਂ ਇਸ ਗੱਲ ਦੇ ਲਈ ਵੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦੀ ਹਾਂ। ਅਤੇ ਮੈਂ ਨਾਲ ਆਪਣੇ ਨੌਜਵਾਨ ਦੋਸਤਾਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਕੱਲ੍ਹ ਅਸੀਂ ਖੜਕਣ ਕਲਾਂ ਦੇ ਵਿੱਚ ਸੀ, ਉੱਥੇ ਵੀ ਬੜਾ ਭਾਰੀ ਇਕੱਠ ਹੋਇਆ ਅਤੇ ਸਾਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਦਾ ਵਕਤ ਸੀ। ਸਾਡੇ ਨੌਜਵਾਨਾਂ ਨੂੰ ਆਪਣੇ ਉਹਨਾਂ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣਾ ਪੈਣਾ, ਸਾਨੂੰ ਉਹਨਾਂ ਸ਼ਹੀਦਾਂ ਦੀ ਸੋਚ 'ਤੇ ਖੜਨਾ ਪੈਣਾ। ਸਾਡੇ ਨੌਜਵਾਨਾਂ ਨੂੰ ਪਿਸਤੌਲ ਚੰਗਾ ਲੱਗਦਾ ਪਰ ਸੋਚ ਚੰਗੀ ਨਹੀਂ ਲੱਗਦੀ। ਅਸੀਂ ਉਸ ਸੋਚ ਦੇ ਲਈ, ਉਸ ਸੋਚ ਦੇ ਉੱਤੇ ਪਹਿਰਾ ਦੇਣਾ ਅਤੇ ਉਸ ਸੋਚ ਨੂੰ ਜਿਉਂਦਾ ਰੱਖਣਾ। ਅਤੇ ਇਸ ਘੋਲ ਦੇ ਵਿੱਚ, ਇਸ ਘੋਲ ਦੇ ਵਿੱਚ ਜਿੰਨਾ ਵੀ ਅਸੀਂ ਆਪਦਾ ਯੋਗਦਾਨ ਪਾਈਏ ਉਹਨਾਂ ਸਾਨੂੰ ਪਾਉਣਾ ਚਾਹੀਦਾ। ਸਰਦਾਰ ਰੁਲਦੂ ਸਿੰਘ ਜੀ ਮਾਨਸਾ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਮੇਰੇ ਬੜੇ ਸਤਿਕਾਰਯੋਗ ਨੇ। ਅਤੇ ਇਹਨਾਂ ਲੀਡਰਾਂ ਦੇ ਲਈ ਮੈਂ ਜੋ ਲੋਕ ਬੋਲੀਆਂ ਸਾਰਿਆਂ ਨੂੰ ਸਲੂਟ ਕੀਤਾ ਲੀਡਰਾਂ ਨੂੰ, ਉਹ ਵੀ ਤੁਸੀਂ ਸਾਰਿਆਂ ਨੇ ਸੁਣੀਆਂ ਨੇ। ਅਤੇ ਮੈਂ ਬੜਾ ਸਮਾਂ ਨਾ ਲਾਉਂਦਾ ਹੋਇਆ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਘੋਲ ਅਸੀਂ ਜਿੱਤਾਂਗੇ ਅਤੇ ਜਿੱਤੇ ਪਏ ਹਾਂ। ਬੀਜੇ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਸਾਡੇ ਇਸ ਰੋਹ ਤੋਂ ਬਖਲਾ ਚੁੱਕੀ ਹੈ। ਜਿਵੇਂ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਐਡਾ ਵੱਡਾ ਜਨ ਸਲਾਹ ਪੈਦਾ ਕਰਕੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ, ਅਤੇ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਅਸੀਂ ਇਸ ਜਨ ਸਲਾਹ ਨੂੰ ਕਾਇਮ ਰੱਖਾਂਗੇ ਅਤੇ ਜਨ ਸ਼ਕਤੀ ਦੇ ਮੂਹਰੇ ਕੋਈ ਦੁਨੀਆ ਦੀ ਤਾਕਤ ਨਹੀਂ ਖੜ ਸਕਦੀ, ਕੋਈ ਸਰਕਾਰ ਨਹੀਂ ਖੜ ਸਕਦੀ। ਅਤੇ ਇਹ ਕਾਲੇ ਕਾਨੂੰਨ ਰਪੀਲ ਹੋਣਗੇ ਤੇ MSP ਦਾ ਕਾਨੂੰਨ ਸਰਕਾਰ ਨੂੰ ਬਣਾਉਣਾ ਪੈਣਾ ਹੈ। ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾਂ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।